ਸਮਾਜ ਭਲਾਈ ਦੇ ਕਾਰਜ ਕਰਨ ਵਿੱਚ ਗੜ੍ਹ ਸ਼ੰਕਰ ਖੇਤਰ ਦੇ ਐਨ ਆਰ ਆਈ ਵੀਰ ਵੀ ਕਿਸੇ ਗੱਲੋਂ ਘੱਟ ਨਹੀਂ ਇੱਥੋਂ ਦੇ ਨਜ਼ਦੀਕੀ ਪਿੰਡ ਅਕਾਲਗੜ੍ਹ ਦੇ ਵਸਨੀਕ ਕੈਨੇਡਾ ਜਾ ਵਸੇ ਗਿੱਲ ਭਰਾਵਾ ਹਰਗੁਰਜੀਤ ਸਿੰਘ ਗਿੱਲ ਅਤੇ ਬਲਦੀਪ ਸਿੰਘ ਗਿੱਲ ਵੱਲੋਂ ਮਾਨਵਤਾ ਦੀ ਭਲਾਈ ਲਈ ਹਰ ਸਾਲ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਇਸੇ ਤਹਿਤ ਗਿੱਲ ਭਰਾਵਾ ਵੱਲੋਂ ਆਪਣੇ ਪਿਤਾ ਸਵਰਗਵਾਸੀ ਮਹਿੰਦਰ ਸਿੰਘ ਗਿੱਲ ਦੀ ਯਾਦ ਵਿੱਚ ਸ਼ਹੀਦ ਉਮਰਾਓ ਸਿੰਘ ਗਿੱਲ ਨੂੰ ਸਮਰਪਿਤ 18ਵਾਂ ਅੱਖਾਂ ਅਤੇ ਹੋਰ ਬਿਮਾਰੀ ਦੀਆਂ ਦੇ ਇਲਾਜ ਲਈ ਵਿਸ਼ਾਲ ਮੈਡੀਕਲ ਕੈਂਪ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅਕਾਲਗੜ ਵਿਖੇ ਲਗਾਇਆ ਗਿਆ ਗੁਰਨਾਨਕ ਮਿਸ਼ਨ ਹਸਪਤਾਲ ਕੁੱਕੜ ਮਜ਼ਾਰਾ ਦੇ ਸਹਿਯੋਗ ਨਾਲ ਲਗਾਏ ਗੇ ਮੈਡੀਕਲ ਕੈਂਪ ਦਾ ਉਦਘਾਟਨ ਹਰਗੁਰਚੇਤ ਸਿੰਘ ਗਿਲ ਕੈਨੇਡਾ ਅਤੇ ਮੋਹਿੰਦਰਪਾਲ ਸਿੰਘ ਵਿਰਕ ਕੈਨੇਡਾ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ ਕੈਂਪ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਸਾਬਕਾ ਵਿਧਾਇਕ ਮੋਹਨ ਸਿੰਘ ਬੰਗਾ ਭਾਜਪਾਗੂ ਨਿਮੀਸ਼ਾ ਮਹਿਤਾ ਨੇ ਸੰਬੋਧਨ ਕਰਦਿਆਂ ਗਿੱਲ ਪਰਿਵਾਰ ਦੇ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਗੜ ਸ਼ੰਕਰ ਤੋਂ ਟਾਲੀਵਾਲ ਦੀ ਰਿਪੋਰਟ ਅਜੀਤ ਵੈਬ ਟੀਵੀ ਇਸ 18ਵਾਂ ਕੈਂਪ ਹੈ ਜੋ ਸਾਡੇ ਪਿੰਡ ਗੁਰਦੁਆਰਾ ਸਾਹਿਬ ਗੁਰਦਰਾ ਸ਼ਹੀਦਗੰਗ ਸਾਹਿਬ ਦੇ ਕੋਲ ਲੱਗ ਰਿਹਾ ਆ ਇਸ ਕੈਂਪ ਦੇ ਵਿੱਚ ਤੁਸੀਂ ਖੁਦ ਦੇਖ ਸਕਦੇ ਆ ਤੇ ਜ਼ਿਆਦਾਤਰ ਜਿਹੜੇ ਲੋੜਵੰਦ ਆ ਸਾਨੂੰ ਇਹ ਹੁੰਦਾ ਕਿ ਬੇਸ਼ੱਕ ਰਸ ਘਟ ਪਵੇ ਪਰ ਜਿਹੜੇ ਲੋਡ ਬੰਦ ਇਸ ਕੈਂਪ ਚ ਆਉਣ ਜ਼ਿਆਦਾਤਰ ਸਾਡੀ ਜਿਹੜੀ ਐਡ ਵੀ ਆ ਉਹ ਆਨੰਦਪੁਰ ਸਾਹਿਬ ਤੋਂ ਲੈ ਕੇ ਜੇਜੋਂ ਤੋਂ ਜਾਂ ਤਾਂ ਰੂਰਲ ਏਰੀਆ ਪਹਾੜੀ ਏਰੀਆ ਲੋਡ ਬੰਦ ਏਰੀਆ ਦੇ ਵਿੱਚੋਂ ਅਸੀਂ ਲੈ ਕੇ ਆਉਂਦੇ ਆ ਤੇ ਇਸ ਕੈਂਪ ਦੇ ਵਿੱਚ ਅੱਖਾਂ ਦੀ ਪੰਜ ਡਾਕਟਰ ਆਏ ਹੋਏ ਨੇ ਨਾਲ ਗਾਇਨੀ ਦੇ ਡਾਕਟਰ ਨੇ ਨਾਲ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਨੇ ਤੇ ਬਾਕੀ ਹੋਰ ਸਾਰੀ ਤਰ੍ਹਾਂ ਦੀਆਂ ਮੈਡੀਸਿਨ ਇੱਥੇ ਚੱਲ ਰਹੀਆਂ ਨੇ ਲੋਡ ਬੰਦਾ ਦੀ ਹੈਲਪ ਕੀਤੀ ਜਾ ਰਹੀ ਹੈ ਜਿਸ ਸਾਬ ਦੇ ਨਾਲ ਦੇਖਿਆ ਜਾ ਰਿਹਾ ਵੀ ਜਿੰਨੇ ਵੀ ਲੋੜਵੰਦੇ ਆ ਉਹੀ ਬੇਸਿਕਲੀ ਇੱਥੇ ਦੇਖਣ ਨੂੰ ਮਿਲ ਰਹੇ ਆ ਜਿਨ੍ਹਾਂ ਨੂੰ ਲੋੜ ਆ ਐਕਚੁਅਲੀ ਤੇ ਉਹੀ ਜਦੋਂ ਤੁਹਾਨੂੰ ਬਲਦੀਪ ਨੇ ਪਹਿਲਾਂ ਵੀ ਦੱਸਿਆ ਵੀ ਜਿਹੜੇ ਇੱਥੇ ਰੂਰਲ ਏਰੀਆ ਦੇ ਵਿੱਚ ਉਹ ਲੋਕੀ ਆਏ ਆ ਜਿਨ੍ਹਾਂ ਨੂੰ ਲੋੜ ਆ ਅੱਖਾਂ ਦਾ ਵੀ ਆ ਇਹਨਾਂ ਦੇ ਨਾਲ ਹੁਣ ਅੱਜ ਦੰਦਾਂ ਦਾ ਵੀ ਸ਼ੁਰੂ ਕਰ ਦਿੱਤਾ ਨਾਲ ਦਵਾਈਆਂ ਵਗੈਰਾ ਵੀ ਫ੍ਰੀ ਦਿੱਤੀਆਂ ਐਨਕਾ ਵਗੈਰਾ ਦੇ ਰਹੇ ਤੇ ਦੇਖਣ ਨੂੰ ਬਹੁਤ ਵਧੀਆ ਲੱਗਦਾ ਜੀ ਜਿਨ੍ਹਾਂ ਨੂੰ ਲੋੜਵੰਦ ਕੇ ਸਿੱਧੀ ਹੈਲਪ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਅਸਲੀ ਲੋੜ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਬਲੀਵ ਸਿੰਘ ਗਿੱਲ ਤੇ ਹਰਗਿਰਜ ਸਿੰਘ ਗਿੱਲ ਜਿਹੜੇ ਕਿ ਆਪਣੇ ਪਿਤਾ ਮਹਿੰਦਰ ਸਿੰਘ ਗਿੱਲ ਤੇ ਆਪਣੇ ਬ੍ਰਦਰ ਅਮਰਾਉ ਸਿੰਘ ਗਿੱਲ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਹਰ ਸਾਲ ਮੈਡੀਕਲ ਕੈਂਪ ਲਾਉਂਦੇ ਆ ਔਰ ਬਹੁਤ ਵੱਡੇ ਪੱਧਰ ਤੇ ਮੈਡੀਕਲ ਕੈਂਪ ਲੱਗਦਾ ਇਹ 18ਵਾਂ ਮੈਡੀਕਲ ਕੈਂਪ ਆ ਔਰ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮਰੀਜ਼ ਆ ਉਸ ਕੈਂਪ ਦੇ ਵਿੱਚ ਆ ਕੇ ਆਪਣਾ ਚੈੱਕਅਪ ਕਰਾਉਂਦੇ ਆ ਤੇ ਵੱਖ-ਵੱਖ ਬਿਮਾਰੀਆਂ ਚੈੱਕਅਪ ਹੁੰਦੀਆਂ ਤੇ ਉਹਨਾਂ ਦੇ ਅੱਖਾਂ ਦੇ ਆਪਰੇਸ਼ਨ ਤੇ ਹੋਰ ਵੀ ਆਪਰੇਸ਼ਨ ਜਿਹੜੇ ਆ ਉਹ ਹਸਪੀਟਲ ਦੇ ਵਿੱਚ ਜਾ ਕੇ ਆਪਰੇਸ਼ਨ ਕਰਾਈ ਜਾਂਦੇ ਆ ਤੇ ਬਹੁਤ ਵੱਡਾ ਅਪਰਾਲਾ ਜਿਹੜਾ ਇਹ ਗੱਲ ਪਰਿਵਾਰ ਕਰਦਾ ਆ ਕਿ ਜਿੱਥੇ ਸਮਾਜ ਸੇਵੀ ਪਰਿਵਾਰ ਆ ਤੇ ਉੱਥੇ ਕਿਰਤੀ ਪਰਿਵਾਰ ਆ ਔਰ ਜਿੱਥੇ ਪਰਿਵਾਰ ਦਾ ਇੱਥੇ ਪੰਜਾਬ ਦੇ ਵਿੱਚ ਬਹੁਤ ਵੱਡਾ ਨਾਮ ਆ ਉੱਥੇ ਦੁਨੀਆ ਦੇ ਗਾਂਬਦੂ ਦੇਸ਼ ਕੈਨੇਡਾ ਦੇ ਵਿੱਚ ਜਾ ਕੇ ਵੀ ਪਰਿਵਾਰ ਨੇ ਆਪਣੇ ਪਰਿਵਾਰ ਦਾ ਗਿੱਲ ਪਰਿਵਾਰ ਦਾ ਆਪਣੇ ਪੰਜਾਬੀਆਂ ਦਾ ਦੇਸ਼ ਦਾ ਨਾਂ ਰੋਸ਼ਨ ਕੀਤਾ ਜਾ ਕੇ ਉੱਥੇ ਇਸ ਕਰਕੇ ਅਸੀਂ ਇਹ ਗਿੱਲ ਪਰਿਵਾਰ ਦਾ ਧੰਨਵਾਦ ਕਰਦੇ ਆਂ ਕਿ ਇਹ ਆ ਕੇ ਗਰੀਬ ਗੁਰਬੇ ਦੀ ਦੀਨ ਦੁਖੀਆਂ ਦੀ ਆ ਕੇ ਸੇਵਾ ਕਰਦੇ ਆ ਇਹ ਗੁਰੂ ਸਾਹਿਬ ਨੇ ਜਿੱਥੇ ਸਾਨੂੰ ਉਪਦੇਸ਼ ਦਿੱਤਾ ਸੀ ਕਿਰਤ ਕਰਨਾ ਨਾਮ ਜਪਣਾ ਵੰਡ ਛਕਣ ਦਾ ਉਪਦੇਸ਼ ਦਿੱਤਾ ਉਹ ਉਪਦੇਸ਼ ਲੈ ਕੇ ਸਾਡਾ ਪਰਿਵਾਰ ਚੱਲ ਰਿਹਾ ਤੇ ਮੈਂ ਗਿੱਲ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਕਾਮਨਾ ਵੀ ਕਰਦਾ ਹਾਂ ਕਾਲਪੁਰ ਕੀਰਾਂ ਨੂੰ ਸ਼ਕਤੀ ਬਖਸ਼ੇ ਇਹੋ ਜਿਹੇ ਸਮਾਜ ਸੇਵੀ ਕੰਮ ਜਿਹੜੇ ਆ ਜਿੱਦਾਂ ਬਹੁਤ ਲੰਮੇ ਚਿਰ ਤੋਂ ਕਰਦੇ ਆ